ਜੀ ਆਪਾਂ ਗੱਲ ਕੀਤੀ ਸੀ ਕੱਲ ਉਤਪਾਦਕ ਪ੍ਰੋਗਰਾਮ ਬਾਰੇ ਨਾ ਕਿ ਤੁਸੀਂ ਅਲੱਗ ਅਲੱਗ ਕੰਪਿਊਟਰ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਕਈ ਟਾਸਕ ਜਾਂ ਕੰਮ ਪੂਰੇ ਕਰ ਸਕਦੇ ਤਾਂ ਇਸ ਦੇ ਲਈ ਤੁਹਾਨੂੰ ਇੱਕ MS Office ਟੂਲਸ ਬਾਰੇ ਤੁਹਾਨੂੰ ਨੋਲੇਜ ਹੋਣੀ ਜ਼ਰੂਰੀ ਹੈ ਪਹਿਲਾਂ ਕਿ ਕਿਹੜੇ ਕਿਹੜੇ MS Office ਟੂਲਸ ਨੇ ਜਿਨ੍ਹਾਂ ਦੀ ਵਰਤੋਂ ਨਾਲ ਆਪਾਂ ਵੱਖ ਵੱਖ ਟਾਸਕ ਕਰ ਸਕਦੇ ਜਿਹੜੇ ਪੂਰੇ ਠੀਕ ਹੈ ਜਿਵੇਂ ਕੰਪਿਊਟਰ ਪ੍ਰੋਗਰਾਮ ਦੀ ਵਰਤੋਂ ਕਹਿੰਦੇ ਅੰਕਾਂ ਦਾ ਪ੍ਰਬੰਧ ਕਰਨ ਲਈ ਪੱਤਰ ਲਿਖਣਾ ਹੈ ਤੁਸੀਂ ਰਿਕਾਰਡ ਸਾਂਭਣਾ ਹੈ ਇਮੇਜ ਦੀ ਰਚਨਾ ਕਰਨੀ ਹੈ ਕੋਈ ਬਦਲਾਵ ਕਰਨਾ ਹੈ ਤਾਂ ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਹੜਾ ਪ੍ਰੋਗਰਾਮ ਕਿਸ ਕੰਮ ਦੇ ਲਈ ਵਰਤਿਆ ਜਾਂਦਾ ਹੈ ਠੀਕ ਹੈ ਜੀ ਕਿਹੜੇ ਪ੍ਰੋਗਰਾਮ ਦੀ ਵਰਤੋਂ ਨਾਲ ਆਪਾਂ ਇਹ ਟਾਸਕ ਨੂੰ ਕਿ ਈਜ਼ੀਲੀ ਕੰਪਲੀਟ ਕਰ ਸਕਦੇ ਹਾਂ ਮਤਲਬ ਸੌਖੇ ਤਰੀਕੇ ਨਾਲ ਕਿ ਇਹ ਪੂਰਾ ਕਰ ਸਕਦੇ ਤਾਂ ਆਓ ਆਪਾਂ ਗੱਲ ਕਰਦੇ ਹਾਂ ਵਨ ਬਾਈ ਵਨ ਫਸਟ MS ਆਫਿਸ ਟੂਲਸ ਦੀ ਤਾਂ ਸਭ ਤੋਂ ਪਹਿਲਾਂ ਤੁਹਾਡਾ ਹੀ ਵਰਡ ਪ੍ਰੋਸੈਸਿੰਗ ਅਤੇ ਪਬਲਿਸ਼ਿੰਗ ਤਾਂ ਵਰਡ ਪ੍ਰੋਸੈਸਿੰਗ ਜਿਹਦੀ ਉਦਾਹਰਨ ਹੈ ਆਪਾਂ MS ਵਰਡ ਵਿੱਚ ਕੰਮ ਕਰਦੇ ਸੀ ਠੀਕ ਹੈ ਟੈਕਸਟ ਟੂ ਡਾਕੂਮੈਂਟ ਤਿਆਰ ਕਰਨਾ ਅਤੇ ਬਦਲਾਵ ਕਰਨ ਦੇ ਲਈ ਵਰਡ ਪ੍ਰੋਸੈਸਿੰਗ ਪ੍ਰੋਗਰਾਮ ਦੀ ਵਰਤੋਂ ਕੀਤੀ ਜਾਂਦੀ ਇਸ ਵਿੱਚ ਤੁਸੀਂ ਟੈਕਸਟ ਲਿਖ ਸਕਦੇ ਹੋ ਬਦਲ ਸਕਦੇ ਹੋ ਕੋਈ ਕੋਸ਼ ਮਤਲਬ ਡਿਕਸ਼ਨਰੀ ਦੀ ਵਰਤੋਂ ਕਰਕੇ ਸਪੈਲਿੰਗ ਚੈੱਕ ਦੀ ਵਰਤੋਂ ਕਰ ਸਕਦੇ ਸਪੈਲਿੰਗ ਚੈੱਕ ਦਾ ਮਤਲਬ ਤੁਹਾਨੂੰ ਦੱਸਿਆ ਸੀ ਤੁਹਾਨੂੰ ਜਦੋਂ ਤੁਸੀਂ ਕੋਈ ਟਾਈਪ ਕਰ ਦਿਓ MS ਵਰਡ ਦੇ ਵਿੱਚ ਤਾਂ ਤੁਹਾਨੂੰ ਕੀ ਹੈ ਲਿਖਦੇ ਲਿਖਦੇ ਕੋਈ ਗਲਤੀ ਜਾਂ ਕੋਈ ਤੁਹਾਡੀ ਸਪੇਸ ਵੱਧ ਜਾਂਦੀ ਹੈ ਤਾਂ ਉੱਥੇ ਕੀ ਹੈ ਇੱਕ ਰੈੱਡ ਲਾਈਨ ਐਰਰ ਆ ਜਾਂਦੀ ਹੈ ਰੈੱਡ ਲਾਈਨ ਦਾ ਮਤਲਬ ਹੁੰਦਾ ਕਿ ਇਹ ਸਪੈਲਿੰਗ ਮਿਸਟੇਕ ਹੈ ਕਿ ਸਪੈਲਿੰਗ ਦੇ ਵਿੱਚ ਕੀ ਹੈ ਕੋਈ ਐਰਰ ਜੇ ਗ੍ਰੀਨ ਲਾਈਨ ਆ ਜੇ ਨੀਚੇ ਟੈਕਸਟ ਦੇ ਤਾਂ ਇਟ ਮੀਨਸ ਕਿ ਗ੍ਰਾਮਰ ਦੀ ਐਰਰ ਹੈ ਮਤਲਬ ਕੋਈ ਸਪੇਸ ਦੀ ਐਰਰ ਹੈ ਕੋਈ ਕੋਮਾ ਪਾਉਣਾ ਹੈ ਕੁਝ ਵੀ ਐਰਰ ਆ ਸਕਦਾ ਮਾਈਕ੍ਰੋਸਾਫਟ ਵਰਡ ਇੱਕ ਕੀ ਹੈ ਇੱਕ ਵਰਡ ਪ੍ਰੋਸੈਸਿੰਗ ਪ੍ਰੋਗਰਾਮ ਠੀਕ ਹੈ ਉਸ ਤੋਂ ਆਪਾਂ ਜੇ ਗੱਲ ਕਰੀਏ ਪਬਲਿਸ਼ਿੰਗ ਪ੍ਰੋਗਰਾਮ ਤੁਸੀਂ ਆਮ ਸੁਣਦੇ ਹੋ ਗ੍ਰੀਟਿੰਗ ਕਾਰਡ ਠੀਕ ਹੈ ਸਾਲਾਨਾ ਰਿਪੋਰਟਸ ਮੈਗਜ਼ੀਨ ਟੈਕਸਟ ਠੀਕ ਹੈ ਤਾਂ ਇਹਨਾਂ ਦੇ ਲਈ ਕੀ ਇੱਕ ਪਬਲਿਸ਼ਿੰਗ ਪ੍ਰੋਗਰਾਮਸ ਦੀ ਕੀ ਵਰਤੋਂ ਕੀਤੀ ਜਾਂਦੀ ਜਿਸ ਵਿੱਚ ਗ੍ਰਾਫਿਕਸ ਵਗੈਰਾ ਵਿਸ਼ੇਸ਼ਤਾਵਾਂ ਹੁੰਦੀਆਂ ਠੀਕ ਹੈ ਜੀ ਤਾਂ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਸਭ ਤੋਂ ਪਹਿਲਾਂ ਸਟਾਰਟ ਕਰਨ ਦਾ ਪਤਾ ਹੋਣਾ ਚਾਹੁੰਦਾ ਕਿ ਪ੍ਰੋਗਰਾਮ ਕਿਵੇਂ ਸਟਾਰਟ ਕਰਨਾ ਆਪਾਂ ਨੇ ਬੇਸਿਕ ਸਟੈਪਸ ਨੇ ਸਭ ਤੋਂ ਪਹਿਲਾਂ ਸਟਾਰਟ ਤੇ ਕਲਿੱਕ ਕਰਨਾ ਹੈ ਕਿਸੇ ਵੀ MS ਆਫਿਸ ਟੂਲ ਨੂੰ ਜੇ ਸਟਾਰਟ ਕਰਨਾ ਹੈ ਪ੍ਰੋਗਰਾਮ ਨੂੰ ਸਟਾਰਟ ਕਰਨਾ ਹੈ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਟੈਪ ਵੀ ਸਟਾਰਟ ਤੇ ਕਲਿੱਕ ਕਰਨਾ ਉਸ ਤੋਂ ਆਲ ਪ੍ਰੋਗਰਾਮ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਹਾਡਾ ਮਾਈਕ੍ਰੋਸਾਫਟ ਆਫਿਸ ਜਿਹੜਾ ਇੰਸਟਾਲ ਕੀਤਾ ਸੋਫਟਵੇਅਰ ਹੈ ਐਪਲੀਕੇਸ਼ਨ ਸੋਫਟਵੇਅਰ ਹੈ ਉਹ ਤੁਹਾਨੂੰ ਉਸ ਮੀਨੂ ਦੇ ਵਿੱਚ ਨਜ਼ਰ ਆਊਗਾ ਸਟਾਰਟ ਮੀਨੂ ਦੇ ਵਿੱਚ ਜਦੋਂ ਆਪਾਂ ਆਲ ਪ੍ਰੋਗਰਾਮ ਤੇ ਕਲਿੱਕ ਕਰਦੇ ਹਾਂ ਤਾਂ ਜਦੋਂ ਆਲ ਪ੍ਰੋਗਰਾਮਸ ਤੇ ਕਲਿੱਕ ਕਰਨ ਤੋਂ ਬਾਅਦ ਮਾਈਕ੍ਰੋਸਾਫਟ ਆਫਿਸ ਤੇ ਕਲਿੱਕ ਕਰਦੇ ਤਾਂ ਤੁਹਾਨੂੰ ਵੱਖ ਵੱਖ ਕੀ ਨਹੀਂ ਨੰਬਰ ਆਫ ਟੂਲਸ ਨਜ਼ਰ ਆਉਂਦੇ ਨੇ ਜਿਵੇਂ MS ਐਕਸੈਸ ਡਾਟਾਬੇਸ ਨੂੰ ਬਣਾਉਣ ਦੇ ਲਈ ਐਕਸਲ ਕੀ ਹੈ ਕਿਸੇ ਰਿਕਾਰਡ ਨੂੰ ਸਾਂਭਣ ਦੇ ਲਈ ਠੀਕ ਹੈ ਕੋਈ ਗਣਨਾਵਾਂ ਕਰਨੀਆਂ ਨੇ ਠੀਕ ਹੈ ਤਾਂ ਜਿਵੇਂ ਆਊਟਲੁੱਕ ਹੈ ਇਹ ਈਮੇਲ ਮੈਸੇਜ ਦੇ ਲਈ ਹੁੰਦਾ ਹੈ ਪਾਵਰ ਪੁਆਇੰਟ ਹੁੰਦਾ ਇੱਕ ਕੋਈ ਤੁਸੀਂ ਪ੍ਰੈਜੈਂਟੇਸ਼ਨ ਨੂੰ ਠੀਕ ਹੈ ਬਣਾਉਣਾ ਹੈਗਾ ਕੋਈ ਸੂਚਨਾ ਨੂੰ ਆਪਣੀ ਸਲਾਈਡਾਂ ਦੇ ਰੂਪ ਵਿੱਚ ਦਿਖਾਉਣਾ ਚਾਹੁੰਦੇ ਪਬਲਿਸ਼ਰ ਤੁਹਾਨੂੰ ਦੱਸੀ ਦਿੱਤਾ ਕਿਸੇ ਗ੍ਰੀਟਿੰਗ ਕਾਰਡ ਬਰੋਚਰ ਠੀਕ ਹੈ ਕੋਈ ਮੈਗਜ਼ੀਨ ਤਿਆਰ ਕਰਨਾ ਹੈ MS ਵਰਡ ਦੇ ਵਿੱਚ ਕੋਈ ਪੱਤਰ ਲਿਖਣਾ ਤੁਸੀਂ ਟਾਈਪ ਕਰਨਾ ਕੋਈ ਵੀ ਡਾਕੂਮੈਂਟ ਪ੍ਰਪੋਜ਼ਲ ਤਿਆਰ ਕਰਨਾ ਹੈ ਤਾਂ ਤੁਸੀਂ ਇਸ ਦੀ ਮਦਦ ਨਾਲ ਈਜ਼ੀਲੀ ਬਣਾ ਸਕਦੇ ਸੌਖੇ ਤਰੀਕੇ ਨਾਲ ਕਿ ਉਹ ਕੰਮ ਨੂੰ ਪੂਰਾ ਕਰ ਤਾਂ ਜਿਵੇਂ ਤੁਹਾਨੂੰ ਦੱਸਿਆ ਸੀ ਵਰਡ ਪ੍ਰੋਸੈਸਿੰਗ ਦਾ ਜਿਹੜਾ ਉਦਾਹਰਨ ਕੀ ਹੈ MS ਵਰਡ ਹੈ ਠੀਕ ਹੈ ਟੂਲ ਹੈ ਜਿਸ ਦੀ ਮਦਦ ਨਾਲ ਤੁਸੀਂ ਇੱਥੇ ਕੀ ਹੈ ਜੀ ਕੋਈ ਪੱਤਰ ਲਿਖ ਸਕਦੇ ਹੋ ਠੀਕ ਹੈ ਕੋਈ ਲੈਟਰ ਨੂੰ ਜਾਂ ਕੋਈ ਬੁੱਕ ਨੂੰ ਰਾਈਟ ਕਰਨ ਅਸੀਂ ਕਰ ਸਕਦੇ ਠੀਕ ਹੈ ਉਸ ਤੋਂ ਬਾਅਦ ਨਹੀਂ ਫਾਰਮੈਟਿੰਗ ਕਰ ਸਕਦੇ ਤੁਸੀਂ ਜਿਵੇਂ ਇੱਥੇ ਕੋਈ ਟੈਕਸਟ ਦਾ ਬਲੋ ਕਰਨਾ ਹੈ ਕੁਝ ਵੀ ਕਰਨਾ ਅਸੀਂ ਕਰ ਸਕਦੇ ਬੋਲਡ ਕਰਨਾ ਇਟੈਲਿਕ ਕਰਨਾ ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਫਾਰਮੈਟ ਕਰਨਾ ਚਾਹੁੰਦੇ ਹੋ ਮਤਲਬ ਬਦਲਾਵ ਕਰਨਾ ਚਾਹੁੰਦੇ ਹੋ ਉਹਨੂੰ ਸਿਲੈਕਟ ਕਰਨਾ ਜ਼ਰੂਰੀ ਹੈ ਜੇ ਮੰਨ ਲਓ ਇਹਨਾਂ ਨੂੰ ਡਾਰਕ ਅੱਖਰਾਂ 'ਚ ਲਿਖਣਾ ਮੋਟੇ ਗੂੜੇ ਅੱਖਰਾਂ 'ਚ ਲਿਖਣਾ ਤਾਂ ਕੰਟਰੋਲ ਪਲੱਸ ਵੀ ਕਰ ਸਕਦੇ ਹੋ ਜਾਂ ਇਸ ਵੀ ਤੇ ਕੀ ਕਲਿੱਕ ਕਰਨਾ ਪਊਗਾ ਕਰੋਗੇ ਤਾਂ ਜੇ ਤੁਸੀਂ ਤੁਹਾਡਾ ਪਹਿਲਾਂ ਜਿਹੜਾ ਟੈਕਸਟ ਹੈ ਸਿਲੈਕਟ ਹੈ ਉਹੀ ਚੀਜ਼ ਠੀਕ ਹੈ ਐਕਸ਼ਨ ਪਰਫੋਰਮ ਕਰੂਗੀ ਉਸੇ ਟੈਕਸਟ ਤੇ ਜਾਂ ਪਿਕਚਰ ਤੇ ਕਿਸੇ ਵੀ ਚੀਜ਼ ਤੁਸੀਂ ਜੇ ਐਕਸ਼ਨ ਪਰਫੋਰਮ ਕਰਨਾ ਚਾਹੁੰਦੇ ਹੋ ਫਾਰਮੈਟਿੰਗ ਕਰਨਾ ਚਾਹੁੰਦੇ ਹੋ ਕੋਈ ਬਦਲਾਵ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਜ਼ਰੂਰੀ ਹੈ ਉਹਨੂੰ ਸਿਲੈਕਟ ਕਰਨਾ ਜ਼ਰੂਰੀ ਹੈ ਮੰਨ ਲਓ ਮੈਂ ਤੁਹਾਨੂੰ ਤੁਸੀਂ ਕਲਾਸ ਦੇ ਵਿੱਚ ਬੈਠੇ ਹੋ ਮੈਂ ਕਿਸੇ ਬੱਚੇ ਦਾ ਨਾਮ ਲੈ ਕੇ ਹੀ ਉਹਨੂੰ ਸਿਲੈਕਟ ਕਰੂੰਗਾ ਫਿਰ ਹੀ ਉਹ ਬੱਚਾ ਕਿ ਮੈਂ ਕੋਈ ਕੁਐਸਚਨ ਕਰਨੀ ਹੈ ਕੁਐਸਚਨ ਕਰੂੰਗਾ ਜੇ ਕੁਝ ਉਸ ਤੋਂ ਮੈਂ ਲਿਖਵਾਉਣਾ ਲਿਖਵਾ ਸਕਦਾ ਤਾਂ ਜਿਹੜਾ ਵੀ ਕੰਮ ਉਹਨੂੰ ਮੈਂ ਦੇਣਾ ਤਾਂ ਉਸਨੂੰ ਮੈਂ ਕੀ ਨਾਮ ਦੇ ਕੇ ਜਾਂ ਰੋਲ ਨੰਬਰ ਠੀਕ ਹੈ ਬੁਲਾਊਂਗਾ ਠੀਕ ਹੈ ਉਹਨੂੰ ਸਿਲੈਕਟ ਕਰੋ ਇਸੇ ਤਰ੍ਹਾਂ ਇੱਥੇ ਆਏਗੀ ਤਾਂ ਜਿਹੜੇ ਵੀ ਟੈਕਸਟ ਤੇ ਕਿਸੇ ਵੀ ਪਿਕਚਰ ਤੇ ਕਿਸੇ ਵੀ ਟੇਬਲ ਦੇ ਕਿਸੇ ਵੀ ਤੁਸੀਂ ਫਾਰਮੈਟਿੰਗ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ ਉਹਨੂੰ ਸਿਲੈਕਟ ਕਰਨਾ ਜ਼ਰੂਰੀ ਹੈ ਤਾਂ ਹੁਣ ਆਪਾਂ ਗੱਲ ਕਰੀਏ ਪ੍ਰੈਜੈਂਟੇਸ਼ਨ ਪ੍ਰੋਗਰਾਮ ਦੀ
प्रेजेंटेशन प्रोग्राम की जी वरतो हैगी ठीक है अपनी सूचना स्लाइडों के दिखाने लिए वरत लिया इन्ह स्लाइडों में आवाज तस्वीर जोड़ के तुम होर ज्यादा आकर्षित सूचनात्मक बना सकते हो। एम एस जो पावर पॉइंट है माइक्रोसॉफ्ट ऑफिस पावर पॉइंट है ये आम तौर पर जो वरत दोगे प्रेजेंटेशन प्रोग्राम देखो ये भी तुम उसे मिलेगा प्रोग्राम माइक्रोसॉफ्ट ऑफिस ये बेसिक स्टैप ने जिन्होंने नहीं भी पता स्टार्टिंग से ये चीज़ ना कि फाइंड आउट कर सकते अदरवाइज की डेस्कटॉप से भी आइकन बनया हुआ कई बार डेस्कटॉप से आइकन बनया हुआ है जहाँ स्टार्ट मिनट तो जो क्लिक करते हो जिम्मे इतने तुम इस पर क्लिक करोगे तो ही प्रेजेंटेशन प्रोग्राम की ओपन होगी शुरू होगी। तो बाय डिफॉल्ट दो देखो टेक्स्ट बॉक्स नजर आ रहे हैं ठीक है इन्होंने आप अपनी जानकारी स्टोर करते हैं हैलो फ्रेंड्स प्रोजेक्टर लिया दीवार प्रिंट कर सकते प्रस्तुत कर सकते ठीक है। उस तो बाद स्प्रेडशीट प्रोग्राम स्प्रेडशीट प्रोग्राम की वरतों बजट बनाने वास्ते खाते का प्रबंध करने वास्ते गणित गणनावा करने वास्ते न्यूमेरिकल डाटा चार्ट ग्राफ के बदलने के लिए वरत स्प्रेडशीट सूचना टेबल सीधिया रखावं खड़मे रो कॉम स्टोर करता है हरेक कीमत सैल स्टोर रो और कॉलम के काट खेतर में क्या सैल कह रहा है इसकी जी उदाहरण की है एम एस एक्सल वो भी समझ दिखा देना ਉਵੇਂ ਫਿਰ ਤਰੀਕਾ ਆਪਾਂ ਸਾਰੇ ਐਮ ਐਸ ਓਫਿਸ ਟੂਲ ਦੀ ਗੱਲ ਕਰਾਂਗੇ ਜਿਹੜੇ ਮੇਨ ਪ੍ਰੋਗਰਾਮ ਤਾਂ ਤੁਸੀਂ ਦੇਖਦੇ ਹੋ ਇੱਥੇ ਆ ਰੋ ਨੇ ਸਾਰੀਆਂ ਆ ਖੜਮੇ ਕੀ ਨੇ ਆਪਣੇ ਕੋਲ ਜਿਹੜੇ ਆਪ ਚ ਕਰਦੇ ਨੇ ਇਹ ਕਿ ਇੱਕ ਸੈੱਲ ਹੈ ਜਿਹੜਾ ਡਾਰਕ ਹੈ ਮਤਲਬ ਇਹ ਕਿ ਇੱਕ ਐਕਟਿਵ ਸੈੱਲ ਹੈ ਸੈੱਲ ਤਾਂ ਸਾਰੇ ਨੇ ਬਟ ਜਿੱਥੇ ਆਪਾਂ ਹੈਗੇ ਆ ਐਸਟ ਡਾਟਾ ਭਰ ਰਹੇ ਹਾਂ ਉਹ ਕੀ ਹੈ ਐਕਟਿਵ ਸੈੱਲ ਕਿਉਂਕਿ ਸਾਰਾ ਜਿਹੜਾ ਵੀ ਤੁਸੀਂ ਡਾਟਾ ਭਰ ਰਹੇ ਹੋ ਕਿੱਥੇ ਤੁਹਾਨੂੰ ਨਜ਼ਰ ਆ ਰਿਹਾ ਇੱਕ ਫਾਰਮੂਲਾ ਬਾਰ ਵਿੱਚ ਨਜ਼ਰ ਜਿਹੜਾ ਗੂੜੇ ਕਲਰ ਦੇ ਵਿੱਚ ਤੁਹਾਨੂੰ ਬਾਰਡਰ ਦੇ ਵਿੱਚ ਤੁਹਾਨੂੰ ਸੈੱਲ ਨਜ਼ਰ ਆ ਰਿਹਾ ਉਹਨੂੰ ਕੀ ਬੋਲਦੇ ਆ ਐਕਟਿਵ ਸੈੱਲ ਬੋਲ ਰਹੇ ਜਿਸ ਵਿੱਚ ਆਪਾਂ ਕੋਈ ਕੀਮਤ ਭਰਦੇ ਆ ਤਾਂ ਤੁਹਾਨੂੰ ਉਹ ਸੈੱਲ ਦੇ ਵਿੱਚ ਵੀ ਨਜ਼ਰ ਆਊ ਨਾਲ ਨਾਲ ਤੁਹਾਨੂੰ ਫਾਰਮੂਲਾ ਬਾਰ ਦੇ ਵਿੱਚ ਵੀ ਨਜ਼ਰ ਪ੍ਰਬੰਧ ਕਿਵੇਂ ਕਰਦੇ ਆਪਾਂ ਜੋੜ ਘਟਾ ਕਿਵੇਂ ਕਰਦੇ ਮੰਨ ਲਓ ਮੈਂ 5 8 9 10 ਤਾਂ ਇਹਨਾਂ ਜੋੜ ਕਰਨਾ ਹੈ ਮੈਂ ਬਰਾਬਰ ਐਸ ਯੂ ਐਮ ਸਮ ਬ੍ਰੈਕਟ ਸਟਾਰਟ ਦੇਖੋ ਕਿ ਇਸ ਕਰਕੇ ਓਕੇ ਸਮ ਤਾਂ ਇਹਨਾਂ ਸਾਰਿਆਂ ਦਾ ਕੀ ਆਨਸਰ ਆ ਗਿਆ ਜੀ 32 ਆ ਗਿਆ ਜੇ ਮੈਂ ਇਸ ਦੀ ਨਾ ਵਰਤੋਂ ਕਰਦੇ ਹੋਏ ਮੈਂ ਹੋਰ ਫਾਰਮੂਲਾ ਜਿਹੜਾ ਹੋਰ ਕੱਟ ਸਮ ਕਰਨ ਦਾ ਆਟੋ ਸਮ ਕਰਦਾ ਜਿਹੜਾ ਆਪਣੇ ਆਪ ਵਰਟੀਕਲੀ ਹੋਰੀਜੈਂਟਲ ਕੀ ਕੰਮ ਕਰਦਾ ਹੈ ਚੁਣ ਲੈਂਦਾ ਤਾਂ ਮੈਂ ਇਸ ਤੇ ਵੀ ਕਲਿੱਕ ਕਰੂੰਗਾ ਤਾਂ ਵੀ ਦੇਖੋ ਐਂਟਰ ਪ੍ਰੈਸ ਕਰੂੰਗਾ ਤਾਂ ਵੀ ਆਉਂਦਾ ਤਾਂ ਦੇ ਕੁਝ ਸਕਿੰਟਾਂ ਦੇ ਵਿੱਚ ਤੁਹਾਨੂੰ ਜਿਹੜਾ 29 ਜਿਹੜੀਆਂ ਗਣਨਾਵਾਂ ਨੇ ਉਹ ਕੈਲਕੂਲੇਸ਼ਨ ਜੇ ਇਸ ਕਰਕੇ ਦਿਖਾ ਦਿੰਦੇ ਇਸ ਕਰਕੇ ਆਪਾਂ ਸਟੱਡੀ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਵਰਤੋਂ ਕਰ ਕੋਈ ਵੀ ਤੁਹਾਡੇ ਮਾਰਕਸ ਲਾਉਣੇ ਆ ਠੀਕ ਹੈ ਤੁਹਾਡੀਆਂ ਰਿਜ਼ਲਟ ਤਿਆਰ ਕਰਨਾ ਤਾਂ ਐਮ ਐਸ ਐਕਸ ਵਿੱਚ ਕਰ ਕਿਸੇ ਟੋਟਲ ਬਣਾ ਖਾਤਾ ਠੀਕ ਹੈ ਕੋਈ ਆਪਣੇ ਬਿੱਲ ਬਣਾਉਣਾ ਹੈ ਤਾਂ ਵੀ ਆਪਾਂ ਇੱਥੇ ਕ੍ਰੀਏਟ ਉਸ ਤੋਂ ਬਾਅਦ ਗੱਲ ਕਰੀਏ ਭਾਈ ਡਾਟਾਬੇਸ ਪ੍ਰੋਗਰਾਮ ਦੀ ਤੁਸੀਂ ਡਾਟਾਬੇਸ ਪ੍ਰੋਗਰਾਮ ਦੀ ਵਰਤੋਂ ਡਾਟਾ ਨੂੰ ਸਹੀ ਢੰਗ ਨਾਲ ਸਟੋਰ ਅਤੇ ਮੈਨੇਜ ਕਰਨ ਲਈ ਡਾਟਾਬੇਸ ਵਿੱਚ ਜਿਹੜੀ ਸਟੋਰ ਕੀਤੀ ਸੂਚਨਾ ਨੂੰ ਉਹਨੂੰ ਵਾਧੇ ਕਰਨ ਵਿੱਚ ਵੀ ਕਰ ਸਕਦੇ ਹੋ ਘੱਟਦੇ ਕਰਨ ਵਿੱਚ ਵੀ ਕਰ ਸਕਦੇ ਹੋ ਤੇ ਉਸ ਬਾਅਦ ਵਿੱਚ ਸਿਲੈਕਟ ਦੀ ਮਦਦ ਨਾਲ ਕਿਹਨੂੰ ਲੱਭ ਵੀ ਸਕਦੇ ਫਿਲਟਰ ਦੀ ਮਦਦ ਨਾਲ ਕਿਹਨੂੰ ਲੱਭ ਵੀ ਸਕਦੇ ਇਸ ਤੋਂ ਇਲਾਵਾ ਤੁਸੀਂ ਸਟੋਰ ਦੇ ਡਾਟ ਨੂੰ ਸਧਾਰਨ ਰਿਪੋਰਟ ਵੀ ਤਿਆਰ ਕਰ ਸਕਦੇ ਹੋ ਜਿਵੇਂ ਕਿਸੇ ਸੂਚਨਾ ਨੂੰ ਸਟੋਰ ਕਰਨ ਦੇ ਲਈ ਆਪਾਂ ਠੀਕ ਹੈ ਕਿਸੇ ਰਿਪੋਰਟ ਕਿਹਦੀ ਸਟੋਰ ਕਰਨੀ ਤੁਸੀਂ ਮੰਨ ਲਓ ਸਟੋਰ ਕਰਨੀ ਹੈ ਕਿਸੇ ਗ੍ਰਾਹਕ ਦੀ ਕਰ ਸਕਦੇ ਹੋ ਕਿਸੇ ਵੀ ਆਈਟਮ ਦੀ ਕਰ ਸਕਦੇ ਹੋ ਕੋਈ ਬਿੱਲ ਤਿਆਰ ਕਰਨਾ ਹੈ ਸੇਲਸ ਦਾ ਰਿਕਾਰਡ ਰੱਖਣਾ ਹੈ ਤਾਂ ਵੀ ਤੁਸੀਂ ਡਾਟਾ ਇਸ ਪ੍ਰੋਗਰਾਮ ਦੀ ਇਹ ਵਰਤੋਂ ਕਰ ਸਕਦੇ ਮਾਈਕਰੋਸੋਫਟ ਐਕਸੈਸ ਕੇ ਡਾਟਾਬੇਸ ਦੀ ਇੱਕ ਵਧੀਆ ਜੀ ਉਦਾਹਰਨ ਹੈ ਇਹਦੇ ਜਿਹੜੇ ਆਮ ਵਰਤੀ ਜਾਂਦੀ ਹੈ ਐਮ ਐਸ ਐਕਸੈਸ ਉਹ ਵੀ ਦਿਖਾ ਰਿਹਾ ਤੁਹਾਨੂੰ ਮਾਈਕਰੋਸੋਫਟ ਐਕਸੈਸ ਸਟਾਰਟ ਬਟਨ ਤੇ ਕਲਿੱਕ ਕਰਾਂਗੇ ਆਲ ਪ੍ਰੋਗਰਾਮ ਮਾਈਕਰੋਸੋਫਟ ਆਫਿਸ ਤਾਂ ਸਭ ਤੋਂ ਪਹਿਲਾਂ ਹੀ ਮਾਈਕਰੋਸੋਫਟ ਆਫਿਸ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬਲੈਂਕ ਡਾਟਾਬੇਸ ਮਤਲਬ ਖਾਲੀ ਡਾਟਾਬੇਸ ਬਣਾਉਣਾ ਹੋਊਗਾ ਜੇ ਤੁਹਾਡੇ ਤੋਂ ਪਹਿਲਾਂ ਬਣਿਆ ਹੋਇਆ ਡਾਟਾਬੇਸ ਉਹਨੂੰ ਸਿਲੈਕਟ ਕਰ ਸਕਦੇ ਜਿਵੇਂ ਇੱਥੇ NSP of China ਪਹਿਲੇ ਡਾਟਾਬੇਸ ਬਣਾਇਆ ਸੀ ਉਹ ਬਣਿਆ ਹੋਇਆ ਇਸ ਨੂੰ ਵੀ ਕਲਿੱਕ ਕਰ ਸਕਦੇ ਹੋ ਠੀਕ ਹੈ ਨਹੀਂ ਬਲੈਂਕ ਡਾਟਾਬੇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕ੍ਰੀਏਟ ਦੀ ਮੰਗੂ ਆਪਸ਼ਨ ਕੀ ਕ੍ਰੀਏਟ ਆ ਡਾਟਾਬੇਸ ਦਾ ਨਾਮ ਰੱਖਣਾ ਹੈ ਜਿਹੜਾ ਤੁਸੀਂ ਡਾਟਾਬੇਸ ਬਣਾਉਣਾ ਚਾਹੁੰਦੇ ਹੋ ਕੋਈ ਬਿੱਲ ਬਣਾਉਣਾ ਚਾਹੁੰਦੇ ਹੋ ਕੀ ਬਣਾਉਣਾ ਚਾਹੁੰਦੇ ਹੋ ਕਿਸ ਤਰ੍ਹਾਂ ਡਾਟਾਬੇਸ ਦਾ ਐਕਸੈਸ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਕੀ ਕ੍ਰੀਏਟ ਕਰਨ ਤੋਂ ਬਾਅਦ ਉਹਨੂੰ ਟੇਬਲ ਦੇ ਵਿੱਚ ਸਟੋਰ ਕਰਾਂਗੇ
ਜੇ ਪਹਿਲਾਂ ਤੋਂ ਬਣਾਇਆ ਤੁਹਾਡਾ ਮੰਨ ਲਓ ਉਹ ਪਹਿਲਾਂ ਤੋਂ ਬਣਾਇਆ ਉਸ ਨੂੰ ਕੀ ਓਪਨ ਕਰਨਾ ਸਿਲੈਕਟ ਕਰੋ ਤੇ ਉਸ ਮੰਨ ਲਓ ਸਟੂਡੈਂਟ ਦਾ ਸਟੂਡੈਂਟ ਤੇ ਕਲਿੱਕ ਕਰੋ ਮੰਨ ਲਓ ਡਾਟਾ ਕਿਸ ਜਿਸ ਵਿੱਚ ਬੱਚਾ ਆ ਰਿਪੋਰਟ ਆ 10ਵੀਂ ਤੇ ਨਹੀਂ ਉਹਨਾਂ ਰੋਲ ਨੰਬਰ ਕਲਾਸ ਸੀ ਰਿਪੋਰਟ ਦੇ ਕੇ ਰਿਪੋਰਟ ਦੇ ਕੇ ਫਾਰਮ ਦੇ ਕੇ ਇਹ ਫਾਰਮ ਆ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਇੱਕ ਡਾਟਾਬੇਸ ਪ੍ਰੋਗਰਾਮ ਦੀ ਕੀ ਵਰਤੋਂ ਹੁਣ ਆਪਾਂ ਗੱਲ ਕਰੀਏ ਗ੍ਰਾਫਿਕ ਪ੍ਰੋਗਰਾਮ ਦੀ ਤੁਸੀਂ ਗ੍ਰਾਫਿਕ ਪ੍ਰੋਗਰਾਮ ਦੀ ਵਰਤੋਂ ਡਰਾਇੰਗ ਬਣਾਉਣ ਅਤੇ ਇਸ ਵਿੱਚ ਬਦਲਾਵ ਕਰਨ ਲਈ ਕਰ ਸਕਦੇ ਹੋ ਤੁਸੀਂ ਇਹਨਾਂ ਪ੍ਰੋਗਰਾਮਾਂ ਦੀ ਵਰਤੋਂ ਫੋਟੋਗ੍ਰਾਫ ਨੂੰ ਹੋਰ ਵਧੀਆ ਬਣਾਉਣ ਦੇ ਲਈ ਵੀ ਕਰ ਸਕਦੇ ਹੋ ਪੇਂਟ ਪ੍ਰੋਗਰਾਮ ਗ੍ਰਾਫਿਕ ਪ੍ਰੋਗਰਾਮ ਦੀ ਜੋ ਡਰਾਇੰਗ ਬਣਾਉਣ ਲਈ ਵਰਤੀ ਜਾਂਦੀ ਸੀ ਆਮ ਪੇਂਟ ਯੂਜ਼ ਕਰਦੇ ਹੋ 6ਵੀਂ ਦੇ ਵਿੱਚ ਸਾਨੂੰ ਪੇਂਟ ਕਰਨਾ 6ਵੀਂ ਦੇ ਵਿੱਚ ਆਮ ਪੇਂਟ ਠੀਕ ਹੈ ਤੁਹਾਡੀ ਕੋਈ ਫਾਈਲ ਬਣੀ ਹੋਈ ਹੈ ਜਾਂ ਤੁਸੀਂ ਓਪਨ ਕਰਨੀ ਹੈ ਮੰਨ ਲਓ ਤੁਸੀਂ ਐਡੀਟਿੰਗ ਕਰਨੀ ਹੈ ਪਹਿਲਾਂ ਤੋਂ ਬਣਿਆ ਹੋਇਆ ਤੁਹਾਡੇ ਕੋਲ ਮੰਨ ਲਓ ਪਿਕਚਰ ਆਈ ਇਸ ਦਾ ਤੁਸੀਂ ਕਰੋਪ ਕਰਨਾ ਕਰੋਪ ਕਰ ਸਕਦੇ ਹੋ ਸਾਈਜ਼ ਨੂੰ ਰੀਸਾਈਜ਼ ਕਰਨਾ ਰੀਸਾਈਜ਼ ਕਰ ਸਕਦੇ ਹੋ ਘਟਾਉਣਾ ਘਟਾ ਸਕਦੇ ਹੋ ਵਧਾਉਣਾ ਵਧਾ ਸਕਦੇ ਹੋ ਬਹੁਤ ਆਪਸ਼ਨ ਹੈ ਠੀਕ ਹੈ ਕੁਝ ਐਡ ਕਰਨਾ ਹੈ ਹੈਲੋ ਠੀਕ ਹੈ ਇਹਨੂੰ ਸੇਵ ਕਰੋ ਆ ਜਿਹੜੀ ਫਲੋਪੀ ਡਿਸਕ ਟਾਈਪ ਕਰ ਨਜ਼ਰ ਆਈ ਕੰਟਰੋਲ ਐਸ ਕਰਕੇ ਸੇਵ ਕਰ ਸਕਦੇ ਨਹੀਂ ਕੱਲ ਲੋਡ ਤੁਹਾਨੂੰ ਡਿਲੀਟ ਕਰਨਾ ਹੈ ਇਸ ਨੂੰ ਡਿਲੀਟ ਕਰੋ ਕਰੋਪ ਕਰਦਾ ਮੈਂ ਠੀਕ ਹੈ ਜਾਂ ਮੈਂ ਇਕੱਲੀ ਆਹੀ ਚੀਜ਼ ਨੂੰ ਕਰੋਪ ਕਰਨਾ ਸਟਾਰ ਹੀ ਜਾਂਦਾ ਮੈਨੂੰ ਕਰੋਪ ਕਰ ਲਿਆ ਇਹਨੂੰ ਬੇਲੋੜ ਹੀ ਸਿਰਫ ਹਟਾਤਾ ਮੈਨੇ ਉਸ ਤੋਂ ਕੀ ਕਰਦਾ ਇਹਨੂੰ ਸੇਵ ਕਰ ਠੀਕ ਹੈ ਤਾਂ ਇਸ ਤਰ੍ਹਾਂ ਕੀ ਕਰ ਸਕਦੇ ਆਪਾਂ ਜੀ ਇਹਨਾਂ ਦੀ ਜਿਹੜੀ ਗ੍ਰਾਫਿਕ ਪ੍ਰੋਗਰਾਮ ਦੀ ਮਦਦ ਕਰਕੇ ਕੋਈ ਤੁਸੀਂ ਡਰਾਇੰਗ ਬਣਾਉਣੀ ਡਰਾਇੰਗ ਬਣਾ ਸਕਦੇ ਹੋ ਠੀਕ ਹੈ ਤਾਂ ਇਸ ਤਰ੍ਹਾਂ ਜਿਹੜੇ ਆਪਣੇ ਪ੍ਰੋਗਰਾਮ ਸੀ ਉਤਪਾਦਕ ਪ੍ਰੋਗਰਾਮ ਜਿਹੜੇ ਕਿ ਆਪਾਂ ਐਮ ਐਸ ਆਫਿਸ ਟੂਲਸ ਜਿਹੜੇ ਯੂਜ਼ ਕੀਤੇ ਨੇ ਮੈਨੂੰ ਉਮੀਦ ਹੈ ਤੁਹਾਨੂੰ ਪਤਾ ਵੀ ਲੱਗਿਆ ਹੋਊਗਾ ਕੁਛ ਅਤੇ ਬੇਸਿਕ ਸਟੈਪਸ ਨੂੰ ਦੱਸਦਾ ਤਾਂ ਸਭ ਤੋਂ ਪਹਿਲਾਂ ਕੀ ਚੀਜ਼ ਹੁੰਦੀ ਹੈ ਮੈਂ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਦੁਬਾਰਾ ਫਿਰ ਤੁਹਾਨੂੰ ਰਿਪੀਟ ਕਰ ਰਿਹਾ ਬੱਚੇ ਤਾਂ ਜਦੋਂ ਵੀ ਆਪਾਂ ਕੰਪਿਊਟਰ ਨੂੰ ਸਟਾਰਟ ਕਰਦੇ ਹਾਂ ਪਾਵਰ ਆਨ ਕਰਦੇ ਹਾਂ ਤਾਂ ਦੋ ਵਿੰਡੋ ਨਜ਼ਰ ਆਉਂਦੀਆਂ ਤੁਹਾਨੂੰ ਜਿਹੜੀ ਹੁੰਦੀ ਹੈ ਇੱਕ ਲੋਗਿਨ ਵਿੰਡੋ ਉੱਤੇ ਹੁੰਦੀ ਹੈ ਡੈਸਕਟੋਪ ਵਿੰਡੋ ਲੋਗਿਨ ਵਿੰਡੋ ਕੀ ਕਰਦੀ ਹੈ ਜਦੋਂ ਤੁਸੀਂ ਐਂਟਰ ਆਪਣਾ ਲੋਗਿਨ ਪਾਸਵਰਡ ਭਰਦੇ ਹੋ ਜਿਵੇਂ ਤੁਸੀਂ ਲੈਬ ਵਿੱਚ ਦੇਖਦੇ ਹੋ ਕਿ ਤੁਸੀਂ ਯੂਜ਼ਰ ਨੇਮ ਪਾਸਵਰਡ ਭਰਦੇ ਹੋ ਤਾਂ ਉਸ ਤੋਂ ਤੁਸੀਂ ਅਗਲੀ ਸਕਰੀਨ ਤੇ ਚਲੇ ਜਾਂਦੇ ਤਾਂ ਉਹ ਕਿਹੜੀ ਹੈ ਡੈਸਕਟੋਪ ਵਿੰਡੋ ਆਹ ਕਿਹੜੀ ਹੈ ਡੈਸਕਟੋਪ ਵਿੰਡੋ ਜਿਸ ਦੇ ਉੱਤੇ ਛੋਟੇ ਸਕਰੀਨ ਨਜ਼ਰ ਆ ਰਹੇ ਨੇ ਇੱਕ ਨੇ ਡੈਸਕਟੋਪ ਆਈਕਨ ਗ੍ਰਾਫਿਕਸ ਜਿਹੜੇ ਸਕਰੀਨ ਨਜ਼ਰ ਆ ਰਹੀ ਹੈ ਕਿ ਛੋਟੇ ਛੋਟੇ ਆਈਕਨ ਨੇ ਡੈਸਕਟੋਪ ਆਈਕਨ ਨੇ ਆਹ ਕੀ ਆਪਣੇ ਸਾਰੀ ਟਾਸਕ ਵਾਰ ਤੇ ਆਹ ਸਾਰੇ ਕੀ ਨੇ ਜਿਹੜੇ ਪ੍ਰੋਗਰਾਮ ਆਪਣੇ ਓਪਨ ਹੋਏ ਨੇ ਖੁੱਲੇ ਹੋਏ ਨੇ ਐਪਲੀਕੇਸ਼ਨਾਂ ਉਹ ਤੁਹਾਨੂੰ ਇੱਥੇ ਟਾਸਕ ਵਾਰ ਦੇ ਕੇ ਨਜ਼ਰ ਆ ਸਟਾਰਟ ਬਟਨ ਹੈ ਜੀ ਆ ਟਾਈਮ ਹੈ ਤੁਹਾਡਾ ਆਹ ਤੁਹਾਡੀ ਕਿਹੜੇ ਤੁਸੀਂ ਕੀਬੋਰਡ ਯੂਜ਼ ਕਰ ਰਹੇ ਹੋਗੇ ਆ ਸਪੀਕਰਸ ਦੀ ਠੀਕ ਹੈ ਸ਼ੋਰਟਕਟ ਹੈ ਕੁਇਕ ਤਾਂ ਇਸ ਤਰ੍ਹਾਂ ਆਪਾਂ ਕੀ ਇਹਨਾਂ ਨੂੰ ਐਡਿਟ ਹੋਏ ਠੀਕ ਹੈ ਇਹ ਬੇਸਿਕ ਜੀ ਸੀ ਤੇ ਸਾਨੂੰ ਬੇਸਿਕ ਸਟੈਪ ਦੱਸਤਾ ਜੇ ਪ੍ਰੋਗਰਾਮ ਤੁਹਾਨੂੰ ਪਤਾ ਗਾ ਠੀਕ ਹੈ ਕਿ ਬਾਹਰ ਪਿਆ ਉਹ ਐਪਲੀਕੇਸ਼ਨ ਉਸ 'ਤੇ ਕਲਿੱਕ ਕਰੋ ਡਬਲ ਤਾਂ ਤੁਸੀਂ ਉਹ ਪ੍ਰੋਗਰਾਮ ਸ਼ੁਰੂ ਕਰ ਸਕਦੇ ਅਦਰਵਾਈਜ਼ ਤੁਹਾਨੂੰ ਦੱਸਿਆ ਸੀ ਸਟਾਰਟ ਕਰਨ ਦੀ ਕਲਿੱਕ ਕਰੋ ਆਲ ਪ੍ਰੋਗਰਾਮ 'ਤੇ ਕਲਿੱਕ ਕਰੋ ਠੀਕ ਹੈ ਉਸ ਤੋਂ ਮਾਈਕਰੋਫੋਟ ਤੇ ਜਾਓ ਉਸ ਦਾ ਤੁਹਾਨੂੰ ਜਿਹੜਾ ਪੈਕੇਜ ਮਾਈਕਰੋਫੋਟ 'ਤੇ ਕਲਿੱਕ ਕਰਨ ਤੋਂ ਬਾਅਦ ਵੱਖ ਵੱਖ ਟੂਲਸ ਆਉਣਗੇ ਤਾਂ ਆਪਣਾ ਲੋੜੀਂਦਾ ਜਿਹੜਾ ਟੂਲ ਹੈ ਉਸ ਦੀ ਵਰਤੋਂ ਕਰਕੇ ਮੰਨ ਲਓ ਪ੍ਰੋਗਰਾਮ ਦੀ ਵਰਤੋਂ ਕਰ